ਕਾਨਾ ਦੇ ਹਾਈ ਕਮਿਸ਼ਨਰ ਮਾਈਕਲ ਨੋਟੇ ਅਤੇ ਰੇਲ ਮੰਤਰੀ ਜੇ ਕਾਟੇ ਵੱਲੋਂ ਅੱਜ ਕਪੂਰਥਲਾ ਦੇ ਰੇਲ ਆਧੁਨਿਕਰਨ ਕਾਰਖਾਨੇ ਦਾ ਜਾਇਜ਼ਾ ਲਿਆ ਗਿਆ, ਜਿੱਥੇ ਭਾਰਤ ਦੇ ਵਿੱਚ ਚੱਲ ਰਹੀਆਂ ਰੇਲਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ ਅਤੇ ਇੱਥੋਂ ਬਣਨ ਵਾਲੇ ਜਿਹੜੇ ਇੰਜਣ ਹੈਗੇ ਉਹਨਾਂ ਤੋਂ ਤਕਨੀਕੀ ਜਾਣਕਾਰੀ ਹੈਗੀ ਜਿਹੜੀ ਇੰਜੀਨੀਅਰਾਂ ਤੋਂ ਉਹ ਵੀ ਉਹਨਾਂ ਵੱਲੋਂ ਲਈ ਗਈ। ਤਾਂ ਦੂਜੇ ਪਾਸੇ ਜਿਹੜੇ ਰੇਲ ਕਾਰਖਾਨੇ ਦੇ ਵੱਡੇ ਇੰਜੀਨੀਅਰ ਹੈਗੇ ਨੇ ਉਹਨਾਂ ਦੇ ਨਾਲ ਇੱਕ ਮੁਲਾਕਾਤ ਕੀਤੀ ਗਈ, ਲਗਾਤਾਰ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈਗੀ ਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਹੈਗੇ ਨੇ ਉਹ ਵੀ ਨਾਲ ਹੈਗੇ ਨੇ, ਜੋ ਕਿ ਪੂਰੀ ਜਿਹੜੀ ਜਾਣਕਾਰੀ ਹੈਗੀ ਹੈ ਉਹ ਆਏ ਹੋਏ ਮਹਿਮਾਨਾਂ ਨੂੰ ਦਵਾ ਰਹੇ ਨੇ। ਤੁਹਾਨੂੰ ਦੱਸ ਦਈਏ ਇਸ ਤੋਂ ਬਾਅਦ ਜਿੱਥੇ ਇੰਜਨ ਤਿਆਰ ਹੁੰਦੇ ਨੇ ਉਸ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਉਸ ਤੋਂ ਬਾਅਦ ਇੱਥੋਂ ਇਹ ਜਿਹੜੇ ਨਾਲ 10 ਡਿਪਲੋਮੈਟਸ ਆਏ ਹੈਗੇ ਨੇ ਸਾਰੇ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚਣਗੇ ਅਤੇ ਉਸ ਤੋਂ ਬਾਅਦ ਹੀ ਦਿੱਲੀ ਦੇ ਲਈ ਰਵਾਨਾ ਹੋਣਗੇ। ਕਪੂਰਥਲਾ ਤੋਂ ਅਵਤਾਰ ਗਿੱਲ, ਦੈਨਿਕ ਸਵੇਰਾ।